ਹਰ ਇੱਕ ਜਿਹੜੀ ਯੂਨੀਅਨ ਹੈਗੀ ਆ ਉਹ ਇਸ ਵਕਤ ਹੜਤਾਲ ਦੇ ਉੱਪਰ ਚੱਲ ਰਹੀ ਹੈ ਆਪਣੀਆਂ ਆਪਣੀਆਂ ਮੰਗਾਂ ਨੂੰ ਲੈ ਕੇ। ਤਸਵੀਰ ਤੁਹਾਨੂੰ ਸੰਗਰੂਰ ਦੀ ਅਨਾਜ ਮੰਡੀ ਦੀ ਦਿਖਾਉਂਦੇ ਹਾਂ, ਜਿੱਥੇ ਇੱਕ ਪਾਸੇ ਤਾਂ ਜਿਹੜੇ ਮੰਡੀ ਮਜ਼ਦੂਰ ਨੇ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਆਪਣੀ ਮਜ਼ਦੂਰੀ ਦੇ ਵਾਧੇ ਨੂੰ ਲੈ ਕੇ ਹੜਤਾਲ ਦੇ ਉੱਪਰ ਬੈਠੇ ਨੇ। ਦੂਜੇ ਪਾਸੇ ਜਿਹੜੇ ਆੜ੍ਹਤੀ ਐਸੋਸੀਏਸ਼ਨ ਹੈਗੀ ਆ, ਆੜ੍ਹਤੀ ਐਸੋਸੀਏਸ਼ਨ ਹੜਤਾਲ 'ਤੇ ਬੈਠੇ ਨੇ, ਤਾਂ ਲਗਾਤਾਰ ਹਰ ਇੱਕ ਵਰਗ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਦੇ ਉੱਪਰ ਜੁੜਿਆ ਹੋਇਆ। ਅਤੇ ਦੂਜੇ ਪਾਸੇ ਅੱਜ ਦੇ ਦਿਨ ਤੋਂ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਕਿਸਾਨ ਆਪਣੀ ਫਸਲ ਵੱਢ ਕੇ ਲੈ ਕੇ ਆਊਗਾ। ਤਾਂ ਕਿਹੜੀਆਂ ਮੰਗਾਂ ਨੇ, ਕਿਹੜੀਆਂ ਮੰਗਾਂ ਨੂੰ ਲੈ ਕੇ ਜਿਹੜੇ ਹੈਗੇ ਨੇ ਹੜਤਾਲਾਂ ਚੱਲ ਰਹੀਆਂ ਨੇ, ਗੱਲਬਾਤ ਕਰਦੇ ਹਾਂ। ਸਾਡੇ ਨਾਲ ਆੜ੍ਹਤੀ ਐਸੋਸੀਏਸ਼ਨ ਸੰਗਰੂਰ ਦੇ ਪ੍ਰਧਾਨ ਮੌਜੂਦ ਨੇ। ਪ੍ਰਧਾਨ ਜੀ, ਕਿਸ ਤਰੀਕੇ ਨਾਲ ਦੇਖਦੇ ਹੋ ਅੱਜ ਦੇ ਦਿਨ ਕਿਸਾਨ ਆਪਣੀ ਫਸਲ ਮੰਡੀਆਂ 'ਚ ਲੈ ਕੇ ਆਉਣਗੇ? ਸਰਕਾਰੀ ਖਰੀਦ ਸ਼ੁਰੂ ਹੋਈ ਆ, ਪਰ ਤੁਸੀਂ ਮੁਕੰਮਲ ਹੜਤਾਲ ਕਰ ਰੱਖੀ ਆਪਣੀ। ਭਰਾ ਜੀ, ਜਿੱਥੇ ਤੱਕ ਦੇਖਣ ਵਾਲੀ ਗੱਲ ਹੈ, ਉਹ ਤਾਂ ਬੜੇ ਦੁਖਦਾਈ ਹੈ। ਦੇਖਦੇ ਅਸੀਂ ਦੁੱਖ ਦੀ ਲਗਤੀ ਹੱਥ ਰੱਖਿਆ ਜਾ ਰਿਹਾ, ਦੇਖਣ ਵਾਲੀ ਕੋਈ ਗੱਲ ਨਹੀਂ ਹੈ ਇਹਦੇ ਵਿੱਚ। ਕਾਰਨ ਇੱਕ ਹੈਗਾ, ਇਹ ਤਾਂ ਡੀਕਦਿਆਂ ਸੀਜ਼ਨ ਆ ਗਿਆ ਸਾਡੇ ਲਈ, ਤਿਉਹਾਰੀ ਦਿਨ ਹੁੰਦੇ ਨੇ ਬੜੇ, ਇਹ ਫੈਸਟੀਵਲ ਡੇਜ਼ ਸਾਡੇ ਤਾਂ ਇਹੀ ਨੇਗੇ ਦੋਨੇ, ਉਧਰੋਂ ਕਣਕ ਵੇਲੇ, ਉਧਰੋਂ ਅੱਜ ਜੀਰੀ ਵੇਲੇ। ਪਰ ਉਲਟ ਹੋ ਰਿਹਾ ਹੈਗਾ ਕਿ ਸਾਨੂੰ ਦਰਿਆ ਵਿਛਾਉਣੀਆਂ ਪੈ ਰਹੀਆਂ ਨੇਗੀਆਂ। ਕਾਰਨ ਤੁਹਾਨੂੰ ਸਾਰਿਆਂ ਨੂੰ ਪਤਾ, ਇੱਕੋ ਹੀ ਕਾਰਨ ਹੈ ਕਿ ਜੋ ਸਾਡੀ ਦਾਮੀ ਪਿਛਲੇ ਲੰਬੇ ਸਮੇਂ ਤੋਂ 2.5% ਚੱਲੀ ਆ ਰਹੀ ਸੀ, ਹਰੇਕ ਸਰਕਾਰ ਪ੍ਰੋਪਰ ਜਦੋਂ ਫਸਲ ਦੇ ਭਾਅ ਵੱਧਦੇ ਤੇ ਤਾਂ ਉਸੇ ਹਿਸਾਬ ਨਾਲ 2.5% ਚਾਪੀ ਵਾਧਾ ਹੋ ਜਾਂਦਾ ਵੀ ਹੁੰਦਾ, 2 ਪੈਸੇ 4 ਪੈਸੇ 10 ਪੈਸੇ ਵਾਧਾ ਹੋ ਜਾਂਦਾ ਸੀਗਾ। ਲੇਕਿਨ ਪਿਛਲੇ ਸਮੇਂ 'ਚ ਕਰੋਨਾ ਵੇਲੇ ਸਰਕਾਰ ਨੇ ਕਰੋਨਾ ਦੇ ਨਾਂ 'ਤੇ 45 ਰੁਪਈਏ 88 ਪੈਸੇ ਫਿਕਸ ਜੀ ਕਰਤੀ ਆੜ੍ਹਤ ਜੀਰੀ ਦੀ, ਤਾਂ ਕੀ ਹੋਇਆ ਉਦੋਂ ਬਾਅਦ ਫਿਰ ਉਹੀ ਚੱਲੀ ਗਿਆ। ਲੇਕਿਨ ਕੋਈ ਬੋਲਣ ਚਲੋ ਸਰੀ ਸਰੀ ਜਾਂਦਾ। ਪਿਛਲੇ ਵਾਰ ਕੀ ਹੋਇਆ, ਪਿਛਲੇ ਸੀਜ਼ਨ 'ਚ ਉਦੋਂ 45 ਰੁਪਏ 38 ਪੈਸੇ ਦਿੱਤੀ ਹੈ, ਇਸ ਵਾਰ ਪਤਾ ਨਹੀਂ ਕਿੰਨੀ ਦੀ, ਕੁਛ ਨਹੀਂ ਪਤਾ। ਕਮਿਸ਼ਨ ਦੇ ਵਾਧੇ ਨੂੰ ਲੈ ਕੇ ਤੁਹਾਡੀ ਹੜਤਾਲ? ਬਿਲਕੁਲ, ਕਮਿਸ਼ਨ ਵਾਧੇ ਨਾਲ ਸਾਡੀ ਹੜਤਾਲ ਹੈ, ਕਿਉਂਕਿ ਸਰਕਾਰ ਘਟਾਉਂਦੀ ਜਾ ਰਹੀ ਹੈ, ਇਨਕਰੀਜ਼ ਹੋਣ ਦੀ ਵਜ੍ਹਾ ਲੋਕਾਂ ਦੀ ਤਾਂ ਇਨਕਮ ਵੱਧਦੀ ਹੈ, ਲੇਕਿਨ ਸਾਡੀ ਇਨਕਮ ਡਿਕਰੀਜ਼ਿੰਗ ਵੱਲ ਜਾ ਰਹੀ ਹੈ। ਕਾਰਨ ਤੁਸੀਂ ਦੱਸਿਆ ਦਿੱਤਾ ਮੈਂ ਵੀ ਕਾਰਨ ਇਹੀ ਹੈ, ਅਸੀਂ ਸਾਡੀ ਸਰਕਾਰ ਤੋਂ ਹੀ ਸਾਡਾ ਸਰਕਾਰ ਤੋਂ ਮੰਗ ਇਹੀ ਹੈ, ਮੁੱਖ ਸਾਡੀ ਜਿਹੜੀ 2.5% ਆੜ੍ਹਤ ਹੈ ਉਹਨੂੰ ਬਰਕਰਾਰ ਰੱਖਿਆ ਜਾਵੇ, ਉਹਨੂੰ ਕਰਿਆ ਜਾਵੇ। ਅਸੀਂ ਪਿਛਲੇ 1 ਮਹੀਨੇ ਤੋਂ 1.5 ਮਹੀਨਾ ਪਹਿਲਾਂ ਲਗਭਗ ਸਰਕਾਰ ਨੂੰ ਅਲਟੀਮੇਟਮ ਦੇ ਦਿੱਤਾ ਸੀਗਾ ਕਿ ਅਸੀਂ 1 ਅਕਤੂਬਰ ਤੋਂ ਹੜਤਾਲ 'ਤੇ ਜਾਵਾਂਗੇ, ਨਹੀਂ ਸਾਡਾ ਇਹ ਜੋ ਸਮੱਸਿਆ ਹੈ ਇਹਦਾ ਹੱਲ ਕੀਤਾ ਜਾਵੇ। ਲੇਕਿਨ ਪਤਾ ਨਹੀਂ ਪੰਜਾਬ ਸਰਕਾਰ ਕਿਸ ਪਾਸੇ ਉਲਝੀ ਹੋਣੀ, ਚਲੋ ਹੋ ਸਕਦਾ ਕਿਸੇ ਪਾਸੇ ਉਹ ਬਿਜੀ ਹੋਣ ਜ਼ਿਆਦਾ, ਵੀ ਇਸ ਕੰਮ ਨਾਲੋਂ ਹੋਰ ਕੰਮ ਵਧੀਆ ਬੈਟਰ ਮੰਨਦੇ ਹੋਣ, ਉਦੋਂ ਨੂੰ ਤਰਜੀਹ ਦੇਣੀ ਹੋਵੇ ਉਹਨਾਂ ਨੇ। ਸਾਨੂੰ ਇਹ ਗੱਲ ਨੂੰ ਤਰਜੀਹ ਨਹੀਂ ਦਿੱਤੀ ਗਈ ਅਤੇ ਉਹਨਾਂ ਨੇ ਇਸ ਵਿਸ਼ੇ 'ਤੇ ਕੋਈ ਗੱਲ ਨਹੀਂ ਕੀਤੀ। ਹੁਣ ਕੱਲ੍ਹ ਮਾਨਯੋਗ ਮੰਤਰੀ ਸਾਡੇ ਸਹਿਬਾਨ ਸੀਗੇ, ਉਹਨਾਂ ਨਾਲ ਸਾਡੀ ਮੀਟਿੰਗ ਹੋਈ ਸੀ ਸਾਡੇ ਹਾਈਕਮਾਂਡ ਦੀ, ਅਤੇ ਉਹ ਮੀਟਿੰਗ ਦੇ ਵਿੱਚ ਕੋਈ ਰਿਜ਼ਲਟ ਨਹੀਂ ਨਿਕਲਿਆ। ਹੁਣ ਤਾਂ ਦੇਖਦੇ ਹਾਂ ਵੀ ਸਰਕਾਰ ਕੀ ਕਰਨਾ ਚਾਹੁੰਦੀ ਹੈ, ਸਰਕਾਰ ਕੀ ਕਰਦੀ ਹੈ ਜਿੰਨਾ ਚਿਰ। ਪਰ ਹੁਣ ਗੱਲ ਇਹ ਹੈ ਕਿ ਇਹ ਲੜਾਈ ਤਾਂ ਹੁਣ ਅੰਤ ਲੈ ਕੇ ਨਿਬੜੂਗੀ, ਕਿ 2.5% ਲਏ ਬਿਨਾਂ ਅਸੀਂ ਵੀ ਨਹੀਂ ਉੱਠਦੇ ਅਤੇ ਨਾਲ। ਪਰ ਇੱਕ ਮੈਂ ਗੱਲ ਇੱਥੇ ਕਹੂੰਗਾ ਕਿ ਇਹ ਜਿਹੜੀ ਮੈਂ ਦੁਬਾਰਾ ਵੀ ਤੁਹਾਨੂੰ ਬੇਨਤੀ ਕਰ ਰਿਹਾ ਕਿ ਅਸੀਂ 3 ਕਿੱਡਿਆਂ ਜੁੜੇ ਹੋਏ ਹਾਂ ਜਿਹੜਾ ਕਿ ਕਿਸਾਨ ਦੀ ਫਸਲ ਨੂੰ ਅਨੁਸਾਰ ਸੰਭਾਲਦੇ ਹਾਂ। ਨੰਬਰ 1 ਮਜ਼ਦੂਰ ਜੋ ਅਨੁਸਾਰ ਟਰਾਲੀ ਨੂੰ ਜੋ ਮੁੰਦੀ ਫਸਲ ਨੂੰ ਉਤਾਰਦੇ ਨੇ, ਉਦੋਂ ਦੀ ਸਫਾਈ ਕਰਦੇ ਨੇ, ਪ੍ਰੋਪਰ ਢੰਗ ਨਾਲ ਉਹਦੇ ਢੇਰੀ ਬਣਾਉਂਦੇ ਨੇ, ਹੀ ਬਣਾਉਂਦੇ ਨੇ। ਉਸ ਤੋਂ ਬਾਅਦ ਅਸੀਂ ਪਰਚੇਜਰਾਂ ਨੂੰ ਬੁਲਾਉਂਦੇ ਹਾਂ, 5, 10, 15, 20 ਪਰਚੇਜਰ ਸਾਨੂੰ ਪਤਾ ਜਿਹੜਾ ਨੂੰ ਪੈਸੇ ਦੇ ਦੇਣਗੇ, ਇਹ ਅਸੀਂ ਉਹਨੂੰ ਬੁਲਾ ਕੇ ਉਹਦੀ ਫਿਰ ਜੋ ਵੀ ਹੈ ਆਪਸ਼ਨ ਕਹਿ ਲਓ, ਉਹਨੂੰ ਬਿੱਡ ਕਹਿ ਲਓ, ਸ਼ਬਦ ਤੁਸੀਂ ਵਰਤਣਾ ਚਾਹੁੰਦੇ ਹੋ ਬੋਲੀ ਕਹਿ ਲਓ, ਉਹ ਕਰਵਾਉਂਦੇ ਹਾਂ। ਅਸੀਂ ਵੱਧ ਤੋਂ ਵੱਧ ਭਾਅ ਲਵਾਉਣ ਦੀ ਕੋਸ਼ਿਸ਼ ਕਰਦੇ ਹਾਂ ਵੀ ਵੱਧ ਤੋਂ ਭਾਅ ਲਵਾਇਆ ਜਾਵੇ। ਪਰ ਮੈਂ ਇੱਥੇ ਗੱਲ ਬੜੀ ਦੁਖਦਾਈ ਭਲੇ ਮਨ ਨਾਲ ਕਹਿ ਰਿਹਾ ਤੁਹਾਨੂੰ ਮੈਂ, ਲੇਕਿਨ ਜੇ ਸਰਕਾਰ ਦਾ ਵਤੀਰਾ ਇਹੀ ਰਿਹਾ ਵੀ 45-88 ਪੈਸੇ ਦੇਣੀ ਹੈ, ਮੰਨ ਲਓ ਉਹਨੇ ਫਿਕਸ ਕਰਤਾ ਵੀ ਆਹ ਤੁਹਾਨੂੰ 45-88 ਪੈਸੇ ਦੇਵਾਂਗੇ, ਅਸੀਂ ਵੱਧ ਪਕਾਉਣ ਦੀ ਕੋਸ਼ਿਸ਼ ਕਿਉਂ ਕਰਾਂਗੇ? ਅਸੀਂ ਕਹਾਂ ਜਿੰਨੀ ਵਿਕਦੀ ਹੈ ਵੇਚੋ ਭਾਈ, ਵੇਚੋ, ਤੁਸੀਂ ਲੈ ਜਾਓ। ਨੁਕਸਾਨ ਕਿਸਾਨ ਦਾ ਹੋਊ, ਕਿਸਾਨ ਦਾ ਨੁਕਸਾਨ ਹੋਊਗਾ। ਇਹ ਸਾਨੂੰ ਜੇ ਪਤਾ ਲੱਗ ਗਿਆ ਵੀ ਸਾਨੂੰ 45 ਰੁਪਏ 88 ਪੈਸੇ ਹੀ ਮਿਲਣੇ ਨੇ,
ਤਾਂ ਅਸੀਂ ਕਿਉਂ ਟਰਾਈ ਕਰਾਂਗੇ, ਵੱਧ ਜ਼ੋਰ ਲਾਵਾਂਗੇ। ਹੁਣ ਅਸੀਂ ਮਰਕ ਮਿੱਟਦੇ ਹਾਂ, ਨਹੀਂ ਯਾਰ ਘੱਟ ਹੈ ਭਾਅ, ਹੋਰ 100 ਰੁਪਏ ਦਾ 50 ਰੁਪਏ ਦਾ ਪੱਕੇ ਲਿਖ ਮੇਰੇ ਵੱਲੋਂ। ਅਸੀਂ ਆਮ ਕਰ ਸਾਡੇ ਵੱਲੋਂ ਪ੍ਰਜਜਨ ਸਾਡੇ ਹੁੰਦੇ ਨੇ, ਗੱਲ ਮੰਨ ਲੈਂਦੇ ਨੇ, 20-50 ਰੁਪਏ ਵਧਾ ਆਉਂਦੇ ਨੇ ਵੀ, ਉਹਦੇ ਨਾਲ ਕਿਸਾਨ ਨੂੰ ਵੱਡਾ ਫਾਇਦਾ ਮਿਲਦਾ, ਸਾਨੂੰ ਰੁਪਇਆ 100 ਰੁਪਇਆ ਫਾਇਦਾ ਮਿਲ ਜਾਂਦਾ। ਇਸ ਤਰ੍ਹਾਂ ਅਸੀਂ ਮੰਗ ਕਰਦੇ ਹਾਂ ਕਿ ਇਹਨੂੰ ਪੂਰਾ ਕੀਤਾ ਜਾਵੇ। ਬਿਲਕੁਲ ਵੱਡਾ ਨੁਕਸਾਨ ਇਸ ਵਾਰ ਕਿਸਾਨਾਂ ਦਾ ਹੋਣ ਵਾਲਾ, ਕਿਉਂਕਿ ਜਿੱਥੇ ਆੜ੍ਹਤੀ ਐਸੋਸੀਏਸ਼ਨ ਆਪਣੀ ਹੜਤਾਲ ਦੇ ਉੱਪਰ, ਉੱਥੇ ਹੀ ਮੰਡੀਆਂ 'ਚ ਕੰਮ ਕਰਨ ਵਾਲੇ ਮੰਡੀ ਮਜ਼ਦੂਰ ਵੀ ਹੜਤਾਲ ਦੇ ਉੱਪਰ ਨੇ। ਤੁਹਾਡੀ ਸਾਰੀ ਯੂਨੀਅਨ ਵੀ ਇਸ ਵਕਤ ਦਰੀਆਂ ਦੇ ਉੱਪਰ ਬਹਿ ਗਈ ਹੈ, ਕੰਮ ਮੁਕੰਮਲ ਬੰਦ ਕਰਤਾ? ਹਾਂਜੀ ਹਾਂਜੀ, ਅੱਜ ਇਹ ਇਕੱਲਾ ਸੰਗਰੂਰ ਦੇ ਵਿੱਚ ਨਹੀਂ, ਪੂਰੇ ਪੰਜਾਬ ਦੇ ਵਿੱਚ ਕੰਮ ਮੁਕੰਮਲ ਬੰਦ ਹੈ ਜੀ। ਤੁਸੀਂ ਜਿਹੜੀ ਮਰਜ਼ੀ ਮੰਡੀ 'ਚ ਕਿਹੜਾ ਮਾਰ ਕੇ ਦੇਖ ਲਓ, ਸਾਰੇ ਹੀ ਕੰਮ ਬੰਦ ਪਿਆ ਜੀ, ਕੋਈ ਵੀ ਕੰਮ ਨਹੀਂ ਕਰੇਗਾ ਜਦ ਤੱਕ ਸਾਡੀ ਸਰਕਾਰ ਕੋਈ ਮੰਗ ਨਹੀਂ ਮੰਨਦੀ। ਜਿਹੜਾ 25% ਦਾ ਜਿਹੜਾ ਵਾਅਦਾ ਸੀ ਉਹ ਪੂਰਾ ਨਹੀਂ ਕਰਦੇ, ਅਤੇ ਉਸ ਟਾਈਮ ਤੱਕ ਅਸੀਂ ਸਾਰੀ ਪੰਜਾਬ ਦੀਆਂ ਮੰਡੀਆਂ ਬੰਦ ਰੱਖਾਂਗੇ। ਰਾਜੂ, ਗੱਲ ਕਰੀਏ ਤਾਂ ਕਿੰਨੀ ਕੁ ਤੁਹਾਡੀ ਮਜ਼ਦੂਰੀ ਇਸ ਵਕਤ ਬੈਠ ਰਹੀ ਆ, ਜਿੰਨੀ ਤੁਹਾਨੂੰ ਹੁਣ ਸਰਕਾਰ ਦੇ ਰਹੀ ਆ, ਅਤੇ ਕਿੰਨਾ ਕੁ ਮਜ਼ਦੂਰੀ ਰੇਟ ਉਹ ਆ ਜਿਹੜਾ ਤੁਹਾਡੀ ਮੰਗ ਤੋਂ ਬਾਅਦ ਹੋਊਗਾ? ਗੱਲ ਇੱਕ ਦਿਨ ਦੀ ਦਿਹਾੜੀ ਦੀ ਕਰੀਏ। ਹਾਂਜੀ ਹਾਂਜੀ, ਦੇਖੋ ਜਿਹੜੀ ਇੱਕ ਦਿਨ ਦੀ ਦਿਹਾੜੀ ਜੇ ਲਾਉਂਦੇ ਹਾਂ, ਤਾਂ ਜਦ ਮੰਡੀ ਦੇ ਵਿੱਚ ਟਰਾਲੀ ਆਉਂਦੀ ਹੈ, ਤਾਂ ਇਹ ਲਾ ਲਓ ਘੱਟੋ ਘੱਟ 5 ਬੰਦੇ ਇੱਕ ਟਰਾਲੀ ਨੂੰ ਛਾਣ ਸਕਦੇ ਨੇ ਜੀ। ਠੀਕ ਹੈ, ਤਾਂ ਉਹ ਸਾਰੀ ਦਿਹਾੜੀ ਦੇ ਵਿੱਚ ਸਾਨੂੰ ਐਂ ਲਾ ਲਓ, ਜਿਹੜੀ ਬਾਸਮਤੀ ਆ ਰਹੀ ਹੈ ਸਾਨੂੰ 14 ਰੁਪਏ ਰੇਟ ਪੈਂਦਾ ਗਾ, ਤਾਂ ਲਾ ਲਓ 1400 ਰੁਪਇਆ ਬਣ ਗਿਆ ਜੀ। 100-120 ਬੋਰੀਆਂ ਨਿਕਲਦੀਆਂ ਨੇ ਸੋਕ ਦੇ ਉਲਵੇ, ਤਾਂ 1400 ਰੁਪਏ ਦੇ ਵਿੱਚ ਤੁਸੀਂ ਆ 5 ਬੰਦੇ ਵੰਡ ਲਓ, ਕਿੰਨਾ ਕਹੂੰਗਾ ਸਾਰੀ ਦਿਹਾੜੀ ਦੇ ਵਿੱਚ? ਸਾਰਾ ਹੀ ਸਾਨੂੰ ਲਾ ਲਓ 4-4, 8-4 ਰੁਪਇਆ ਆਉਂਦਾ ਗਾ। ਤੁਸੀਂ ਲਾ ਲਓ ਜੇ ਸਾਰੀ ਦਿਹਾੜੀ ਕੰਮ ਕਰਕੇ ਸਾਨੂੰ 450-500 ਰੁਪਇਆ ਮਸਾ ਬਣਦਾ ਗਾ। ਜਿਹੜੀ ਸਾਡੀ ਰੇਟ ਦੀ ਗੱਲ ਕਰਦੇ ਹੋ, ਤਾਂ ਜਿਹੜਾ ਐਤਕੀ ਸਾਡਾ ਰੇਟ ਆਇਆ ਗਾ ਇਹ 16.92 ਰੁਪਏ 3.37 ਕਿਲੋ ਦਾ ਆਇਆ ਜੀ। ਤਾਂ ਉਹ ਤੁਸੀਂ ਲਾ ਲਓ ਐਤਕੀ 10 ਪੈਸੇ ਹੀ ਵਧਾਏ ਨੇ ਸਰਕਾਰ ਨੇ। ਸਾਡੇ ਨਾਲ ਬਹੁਤ ਹੀ ਭੇੜਾ ਮਜ਼ਾਕ ਸਰਕਾਰ ਕਰ ਰਹੀ ਹੈ। ਅਸੀਂ ਜਿਹੜੀ ਮਜ਼ਦੂਰ ਤਬਕਾ ਸਾਡਾ ਜਿਹੜਾ ਗਾ ਇਹ ਬਹੁਤ ਜ਼ਿਆਦਾ, ਘੱਟੋ ਘੱਟ ਸਾਡੇ ਪੂਰੇ ਪੰਜਾਬ ਦੇ ਵਿੱਚ 5 ਲੱਖ ਤੋਂ ਵੱਧ ਬੰਦਾ ਕੰਮ ਕਰਦਾ ਲੇਬਰ ਦਾ, ਪਰ ਸਰਕਾਰ ਪਤਾ ਨਹੀਂ ਸਾਨੂੰ ਦੇਖ ਰਹੀ, ਆਨਾ ਕਾਨੀ ਕਰ ਰਹੀ ਹੈ ਸਰਕਾਰ, ਸਾਡੇ ਨਾਲ ਕਿਉਂ ਇਹੋ ਜਿਹਾ ਵਤੀਰਾ ਕਰ ਰਹੀ ਹੈ? ਅਸੀਂ ਚੰਡੀਗੜ੍ਹ ਜਾ ਕੇ ਥੱਕ ਗਏ, ਖੇਤੀਬਾੜੀ ਮੰਤਰੀ ਨੂੰ ਮਿਲੇ, ਹਰ ਕੋਈ ਮੰਤਰੀ ਛੱਡਿਆ ਨਹੀਂ, ਅਸੀਂ ਕੋਈ MLA ਨਹੀਂ ਛੱਡਿਆ, ਕੋਈ ਚੇਅਰਮੈਨ ਨਹੀਂ ਛੱਡਿਆ ਜਿਹਨੂੰ ਅਸੀਂ ਨਾ ਮਿਲੇ ਹੋਈਏ, ਪਰ ਫਿਰ ਵੀ ਸਾਡੀ ਮੰਗਾਂ ਹਾਲੇ ਤੱਕ ਨਹੀਂ ਮੰਨੀਆਂ ਜਾ ਰਹੀਆਂ।